117 ਵਿਧਾਨਸਭਾ ਦੇ ਲਈ ਨੁਮਾਇੰਦੇ ਜਿਹੜੇ ਆ ਪੰਥਕ ਜਥੇਬੰਦੀਆਂ ਆਪਣੇ ਖੜੇ ਕਰਨ ਦੀ ਕੋਸ਼ਿਸ਼ ਕਰ ਤਿਆਰੀ ਕਰ ਨਹੀਂ ਉਹ ਨਾ ਇੱਦਾਂ ਨਹੀਂ ਜਿਹੜਾ ਤੁਸੀਂ ਸੋਚ ਰਹੇ ਹੋ ਉਹ ਨਹੀਂ ਹੈਗਾ ਜਿਹੜਾ ਤੁਸੀਂ ਕਹਿੰਦੇ ਹੋ ਵੀ 117 ਅਸੈਂਬਲੀ ਹਲਕਿਆਂ ਦੇ ਵਿੱਚੋਂ 117 ਬੰਦੇ ਜਿਹੜੇ ਪੰਥਕ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਅਤੇ ਉਹ ਸਿੱਖ ਪਾਰਲੀਮੈਂਟ ਜਿਹਨੂੰ ਨਾਮ ਦਿੱਤਾ ਉਹਦਾ ਮੋਟਿਵ ਇਹ ਨਹੀਂ ਹੈਗਾ ਉਹਦਾ ਮੋਟਿਵ ਇਹ ਆ ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਬਾਈਬਲ ਅਤੇ ਕੋਟਕਪੂਰਾ ਦੇ ਵਿੱਚ ਗੋਲੀ ਕਾਂਡ ਹੋਏ ਆ ਨਾ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਜਿਹੜੀ ਧਾਰਮਿਕ ਬਹੁਰਹਿਮਤੀ ਕਿਸੇ ਵੀ ਸਰਕਾਰ ਮੌਕੇ ਹੋਈ ਆ ਉਹਦਾ ਨਿਆਂ ਲੈਣ ਵਾਸਤੇ ਸੋ ਬਹੁਤ ਚੰਗੀ ਗੱਲ ਹੈਗੀ ਹੈ ਜਿਵੇਂ ਪੰਥਕ ਧਿਰਾਂ ਨੇ ਇਨਸਾਫ਼ ਮੋਰਚਾ ਲਾਇਆ ਬਰਗਾੜੀ ਦੇ ਅੰਦਰ ਸੋ ਅੱਜ ਬਰਗਾੜੀ ਦੇ ਅੰਦਰ ਲੱਗੇ ਮੋਰਚੇ ਤੋਂ ਸਰਕਾਰ ਥੋੜ੍ਹਾ ਭੈਭੀਤ ਹੋਈ ਹੈ ਸਰਕਾਰ ਨੂੰ ਸੋਚਣਾ ਪੈ ਰਿਹਾ ਵੀ ਅਸੀਂ ਜਸਟਿਸ ਦੇ ਦੀਏ ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਬਾਦਲਾਂ ਨੂੰ ਬਚਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਉਹ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਚਾਹੁੰਦੇ ਕਿ ਬਾਦਲਾਂ ਦੇ ਪੈਰਾਂ ਨੂੰ ਕਿਤੇ ਤਲੀਆਂ ਨੂੰ ਉਹਨਾਂ ਨੂੰ ਸੇਕ ਲੱਗ ਜਾਵੇ ਮਜੀਠੀਏ ਨੂੰ ਸੇਕ ਲੱਗ ਜਾਵੇ ਸੋ ਇਹ ਜਿਹੜਾ ਨਵਾਂ ਫੋਰਮ 117 ਤੁਸੀਂ ਦੱਸਿਆ ਜਿਹੜਾ ਸਿੱਖ ਪਾਰਲੀਮੈਂਟ ਬਣਨ ਜਾ ਰਹੀ ਹੈ ਸੋ ਚੰਗੀ ਗੱਲ ਹੈ ਨਿਆਂ ਪਸੰਦ ਲੋਕ ਨਿਆਂ ਲੈਣ ਲਈ ਇਕੱਠੇ ਹੋਣ ਅਤੇ ਬਹੁਤ ਅੱਛੀ ਗੱਲ ਹਾਂ ਮੇਰੇ ਕੋਲ ਆਏ ਸੀ ਉਹਨਾਂ ਦਾ ਪ੍ਰਪੋਜ਼ਲ ਆਇਆ ਸੀ ਅਸੀਂ ਅੰਮ੍ਰਿਤਸਰ ਤੋਂ ਸਾਡੇ ਸਰਦਾਰ ਜਗਜੋਤ ਸਿੰਘ ਖਾਲਸਾ ਜੀ ਨੇ ਜਿਨ੍ਹਾਂ ਨੇ ਵਿਧਾਨ ਸਭਾ ਦਾ ਇਲੈਕਸ਼ਨ ਵੀ ਕੰਟੈਸਟ ਕੀਤਾ ਬੜਾ ਧਰਮੀ ਨੌਜਵਾਨ ਹੈਗਾ ਸੋ ਅਸੀਂ ਸਾਰੇ ਜਣੇ ਰਾਇ ਕਰ ਰਹੇ ਹਾਂ ਭੇਜਾਂਗੇ ਉੱਥੇ ਇੱਕ ਨੁਮਾਇੰਦਾ